hello students we are doing the prose named no man is an is an island written by mino masani in the last video we read that mino masani talked about the formation of a world federation and she talked about uh, uh, after making world federation what kind of government we are going to um, employ there and then he gave us the two kind of test by using these tests we can judge which type of government is the best let's see what he writes next in his essay the big problem of government in our country is to reconcile the interests of society as whole with the liberty of individual and to make sure that one does not destroy the other. The government is the best, which strikes a perfect balance between the two. He writes that jeo, saadi, uh, government hai is century the government hai, di eh problem hai, to reconcile. Reconcile means to restore interest of society. Ke, as a whole, society. ਨਾਟ ਦਾ ਇੰਡੀਵਿਜੂਅਲ ਐਜ਼ ਅ ਹੋਲ ਉਸ ਸੁਸਾਇਟੀ ਦੇ ਕਿ ਕਿਸ ਚੀਜ਼ ਦਾ ਉਸ ਸੁਸਾਇਟੀ ਨੂੰ ਕਿਸ ਚੀਜ਼ ਤੋਂ ਫਾਇਦਾ ਹੋਏਗਾ ਉਹ ਦੇਖਣਾ ਬਟ ਨਾਲ ਆਜ਼ਾਦੀ ਵੀ ਦੇਣਾ ਲਿਬਰਟੀ ਵੀ ਦੇਣਾ ਹਰ ਇੱਕ ਇੰਡੀਵਿਜੂਅਲ ਨੂੰ ਸੋ ਥੈਟ ਕਿ ਇਸ ਸੁਸਾਇਟੀ ਦੇ ਇੰਟਰਸਟ ਦੀ ਫਿਕਰ ਕਰਦੇ ਕਰਦੇ ਲਿਬਰਟੀ ਜਿਹੜੀ ਇੰਡੀਵਿਜੂਅਲ ਦੀ ਫਰੀडम ਹੈ ਲਿਬਰਟੀ ਉਹ ਨਾ ਖਤਮ ਹੋ ਜਾਏ ਵਨ ਡਸ ਨੋ ਡਿਸਟਰੋਏ ਦਾ ਅਦਰ ਤੇ ਕਿਤੇ ਇੰਡੀਵਿਜੂਅਲ ਨੂੰ ਲਿਬਰਟੀ ਦਿੰਦੇ ਦਿੰਦੇ ਕਿ ਇੱਕ ਇਨਸਾਨ ਨੂੰ ਅਸੀਂ ਆਜ਼ਾਦੀ ਦਿੰਦੇ ਦਿੰਦੇ ਕਿ ਪੂਰੀ ਸੁਸਾਇਟੀ ਹੈ ਜਿਹੜੀ ਉਹਦੇ ਉਹਦਾ ਨੁਕਸਾਨ ਹੋਣਾ ਸ਼ੁਰੂ ਹੋ ਜਵੇ ਸੋ ਉਹ ਗਵਰਨਮੈਂਟ ਕਹਿੰਦੇ ਬੈਸਟ ਹੋਏਗੀ ਜਿਹੜੀ ਪਰਫੈਕਟ ਬੈਲੈਂਸ ਟਰਾਈ ਕਰੇਗੀ ਨਾ ਦੋਨਾਂ ਚੀਜ਼ਾਂ ਦੇ ਵਿੱਚ ਸੁਸਾਇਟੀ ਐਜ਼ ਅ ਹੋਲ ਵੀ ਦੇਖੇਗੀ ਕਿ ਐਜ਼ ਅ ਹੋਲ ਉਹ ਸੁਸਾਇਟੀ ਬੈਨੀਫਿਟ ਹੋ ਰਹੀ ਹੈ ਜਾਂ ਨਹੀਂ ਐਂਡ ਸੈਕੰਡ ਥਿੰਗ ਇਟ ਵਿਲ ਆਲਸੋ ਕੀਪ ਇਨ ਮਾਈਂਡ ਦ ਲਿਬਰਟੀ ਆਫ ਦ ਇੰਡੀਵਿਜੂਅਲ ਆਲਸੋ throughout the world today people are faced with the choice between various kinds of governments there are rival political doctors each with his own brand of patent medicine who guarantee to cure us of uh, us of our ills if only we put ourselves under their treatment kende ki uh, throughout the world sari duniya de vich hi un lokan nu lokan de samne choice hundi hai ki ohna ne kedi government choose karni hai ਕਹਿੰਦੇ ਕਿ ਜਦੋਂ ਵੀ ਇਲੈਕਸ਼ਨਸ ਹੁੰਦੀਆਂ ਆ ਉਥੇ ਰਾਈਵਲ ਡਾਕਟਰਸ ਆਉਂਦੇ ਆ ਕਿ ਉਥੇ ਜਿਹੜੇ ਮਨਿਸਟਰਸ ਹੁੰਦੇ ਆ ਜੋ ਵੀ ਪੋਲਿਟੀਕਲ ਲੀਡਰਸ ਹੁੰਦੇ ਆ ਉਹਨਾਂ ਨੂੰ ਉੱਥੇ ਕੀ ਕਹਿ ਰਹੇ ਆ ਰਾਈਵਲ ਪੋਲਿਟੀਕਲ ਡਾਕਟਰਸ ਉਹ ਸਾਡੇ ਕੋਲ ਆਉਂਦੇ ਆ ਆਪਣਾ ਮੈਨੀਫੈਸਟੋ ਲੈ ਕੇ ਕਿ ਸਾਨੂੰ ਵੋਟ ਪਾਓ ਇਹ ਸਾਡਾ ਮੈਨੀਫੈਸਟੋ ਹੈ ਮੈਨੀਫੈਸਟੋ ਹੈ ਤੇ ਉਸ ਚੀਜ਼ ਨੂੰ ਕਹਿ ਰਹੇ ਆ ਵਿਦ ਹਿਸ ਓਨ ਬ੍ਰਾਂਡ ਆਫ ਮੈਡੀਸਨ ਸਾਡੇ ਨਾਲ ਲਈ ਇੱਕ ਤਰ੍ਹਾਂ ਦੀ ਲਈ ਆਪਣਾ ਪੇਟੈਂਟ ਆਪਣੇ ਹੀ ਕਾਪੀਰਾਈਟਸ ਵਾਲੀ ਜਿਹੜੀ ਮੈਡੀਸਿਨ ਉਹ ਲੈ ਕੇ ਆਉਂਦੇ ਆ ਫੇ ਕਹਿੰਦੇ ਆ ਕਿ ਅਸੀਂ ਗਾਰੰਟੀ ਦਿੰਨੇ ਆ ਕਿ ਤੁਸੀਂ ਇਹ ਵਾਲੀ ਮੈਡੀਸਿਨ ਲਓਗੇ ਤਾਂ ਤੁਹਾਡੀਆਂ ਸਾਰੀਆਂ ਬਿਮਾਰੀਆਂ ਖਤਮ ਹੋ ਜਾਣਗੀਆਂ ਤੇ ਸਾਨੂੰ ਕਹਿੰਦੇ ਆ ਕਿ ਸਾਡੇ ਕੋਲ ਆਪਣੀ ਟ੍ਰੀਟਮੈਂਟ ਕਰਵਾਓ ਮਤਲਬ ਕਿ ਉਹ ਲੋਕ ਆਉਂਦੇ ਆ ਆਪਣਾ ਮੈਨੀਫੈਸਟੋ ਲੈ ਕੇ ਆਉਂਦੇ ਆ ਕਹਿੰਦੇ ਆ ਕਿ ਤੁਹਾਡੀਆਂ ਸਾਰੀਆਂ ਪ੍ਰੋਬਲਮਸ ਸੋਲਵ ਕਰਾਂਗੇ ਸਾਨੂੰ ਜਿਹੜਾ ਹੈ ਗਵਰਨਮੈਂਟ ਬਣਾਉਣ ਦਾ ਮੌਕਾ ਦਿਓ ਅੰਦਰ ਪੂਰ ਮੈਨ ਮਿਸਟਰ ਮੈਨ ਇਨ ਸਟਰੀਟ ਵੈਦਰ ਹੀ ਇਜ਼ ਇਨ ਬੰਬੇ ਡਵਲਿਨ ਸਟਾਕਹੋਲਮ ਰਿਓ ਡੀ ਜੇਨੇਰੋ feels dreadfully puzzled and wonders which to choose. ਇਹ ਲਗ ਲਗ ਉਹਨੇ ਜਗਾ ਦੇ ਨਾਮ ਦੱਸਿਆ ਕਿ ਉਹ ਜਿਹੜਾ ਮਿਸਟਰ ਮੈਨ ਹੈ ਕੋਈ ਵੀ ਹਰ ਇੱਕ ਜਗਾ ਬੰਦੇ ਜਿਹੜੇ ਲੋਗ ਆ ਕਨਫਿਊਜ਼ ਹੋ ਜਾਂਦੇ ਆ ਕਿ ਵਿਚ ਗਵਰਨਮੈਂਟ ਦੇ ਸ਼ੁੱਡ ਚੂਜ਼। ਸ਼ਲ ਵੀ ਕੈਮਿਸਟਸ ਫਾਰ ਅ ਲਿਟਲ ਵਾਈਲ ਐਂਡ ਰੈਲਾਈਜ਼ ਥੀਸ ਪੇਟੈਂਟ ਮੈਡੀਸਨ ਕਹਿੰਦੇ ਕੀ ਅਸੀਂ ਥੋੜੇ ਟਾਈਮ ਲਈ ਕੈਮਿਸਟਸ ਦਾ ਰੋਲ ਨਹੀਂ ਪਲੇ ਕਰ ਸਕਦੇ ਤੇ ਉਹਨਾਂ ਦੀ ਜਿਹੜੀ ਦਿੱਤੀਸ ਮੈਡੀਸਨ ਹੈ ਮਤਲਬ ਜਿਹੜਾ ਉਹ ਨਾਲ ਮੈਨੀਫੈਸਟੋ ਲੈ ਕੇ ਆਉਂਦੇ ਆ ਕਿ ਉਹਨੂੰ ਅਸੀਂ ਥੋੜਾ ਟਾਈਮ ਲਈ ਸੋਚ ਨਹੀਂ ਸਕਦੇ ਐਨਲਾਈਜ਼ ਨਹੀਂ ਕਰ ਸਕਦੇ ਲੈਟ ਅਸ ਸੀ ਹਾਊ ਦੇ ਸਟੈਂਡ ਆਰ ਟੂ ਟੈਸਟਸ ਬਿਕੋਜ਼ ਐਜ਼ ਅ ਸਿਟੀਜ਼ਨ ਆਫ ਵਰਲਡ ਵੀ ਹੈਵ ਈਚ ਆਫ ਅਸ ਟੂ ਮੇਕ ਆਰ ਚੋਇਸ ਹੁਣ ਕਹਿੰਦੇ ਜਦੋਂ ਵੀ ਸਾਡੇ ਕੋਲ ਉਹ ਲੈ ਕੇ ਆਉਂਦੇ ਆਪਣੀ ਮੈਡੀਸਿਨ ਲੈ ਕੇ ਆਉਂਦੇ ਆ ਮਤਲਬ ਕਿ ਉਹ ਪੋਲਿਟিক্যাল ਲੀਡਰ ਸਾਡੇ ਕੋਲੋਂ ਵੋਟ ਮੰਗਣ ਆਉਂਦੇ ਆ ਉਸ ਟਾਈਮ ਕਹਿੰਦੇ ਤੁਸੀਂ ਕੈਮਿਸਟ ਦਾ ਰੋਲ ਪਲੇ ਕਰੋ ਉਹਨਾਂ ਦੇ ਉੱਤੇ ਟੈਸਟ ਲਗਾਓ ਜਿਹੜੇ ਉੱਪਰ ਦੋ ਟੈਸਟ ਦਿੱਤੇ ਆ ਪਹਿਲਾ ਟੈਸਟ ਹੈ ਕਿ ਉਹ ਕੀ ਉਹ ਬੇਸਿਕ ਨੈਸੈਸਿਟੀਆਂ ਦੇ ਸਕਦੇ ਆ ਦੂਸਰਾ ਟੈਸਟ ਕੀ ਸੀ ਕਿ ਉਹ ਉਹ ਇਕਵੈਲਿਟੀ ਦੀ ਇਕਵੈਲਿਟੀ ਤੇ ਫਰੀडम ਦੇ ਸਕਦੇ ਆ ਤੇ ਹਰ ਇੱਕ ਇੰਡੀਵਿਜੂਅਲ ਨੂੰ ਰਿਸਪੈਕਟ सिंपथी ਤੇ ਉਹਦੀ ਕਨਸੈਂਟ ਨਾਲ ਕੰਮ ਕਰ ਸਕਦੇ ਆ ਕਹਿੰਦੇ ਇਹ ਜਿਹੜੇ ਦੋ ਟੈਸਟ ਹੈ ਨਾ ਫਿਰ ਉਹਨਾਂ ਦੇ ਉੱਤੇ ਲਗਾਓ ਕਿਉਂਕਿ ਐਜ਼ ਅ ਸਿਟੀਜ਼ਨ ਆਫ ਵਰਲਡ ਵੀ ਈਚ ਆਫ ਅਸ ਹੈਜ਼ ਅ ਚੋਇਸ ਤੇ ਅਸੀਂ ਸਾਡੇ ਕੋਲ ਚੋਇਸ ਹੁੰਦੀ ਹੈ ਜਿਹੜੀ ਅਸੀਂ ਚੂਸ ਕਰਕੇ ਗਵਰਨਮੈਂਟ ਬਣਾ ਸਕਦੇ ਹਾਂ ਵਾਈਜ਼ ਅ ਟਾਈਮ ਵੀ ਹੈਵ ਫਿਨਿਸ਼ਡ ਆਰ ਆਰ ਐਨਾਲਿਸਿਸ ਵੀ ਸ਼ਲ ਫਾਈਂਡ ਥੈਟ ਵੀ ਕੈਨ ਸੋਰਟ ਆਊਟ ਥੀਸ ਵੇਰੀਅਸ ਬ੍ਰਾਂਡਸ ਆਫ ਗਵਰਨਮੈਂਟ ਇਨਟੂ ਟੂ ਮੇਨ ਗਰੁੱਪਸ ਕਹਿੰਦੇ ਜਦੋਂ ਅਸੀਂ ਨਾ ਤੇ ਉੱਤੇ ਟੈਸਟ ਲਗਾਵਾਂਗੇ ਨਾ ਤਾਂ ਇਹ ਜਿਹੜੀਆਂ ਗਵਰਨਮੈਂਟਸ ਹੋ ਗਈਆਂ ਇਹਨੂੰ ਅਸੀਂ ਦੋ ਗਰੁੱਪਸ ਦੇ ਵਿੱਚ ਡਿਵਾਈਡ ਕਰ ਪਾਵਾਂਗੇ ਇਨ ਦਾ ਫਰਸਟ ਕਾਈਂਡ ਦਾ ਇੰਡੀਵਿਜੂਅਲ ਸਿਟੀਜ਼ਨ ਸਿਟੀਜ਼ਨ ਕੈਨ ਥਿੰਕ ਐਂਡ ਸੇ ਮੋਰ অর ਲੈਸ ਵਾਟ ਹੀ ਲਾਈਕਸ ਇੱਕ ਕਹਿੰਦੇ ਇਦਾਂ ਦੀ ਫਰਸਟ ਕਾਈਂਡ ਆਫ ਗਵਰਨਮੈਂਟ ਉਹ ਬਣੇਗੀ ਜਿਹਦੇ ਵਿੱਚ ਇੰਡੀਵਿਜੂਅਲ ਸਿਟੀਜ਼ਨ ਜੋ ਸੋਚਦਾ ਆ ਥੋੜਾ ਮਤਲਬ ਮੋਰ অর ਲੈਸ ਮਤਲਬ ਠੀਕ-ਠਾਕ ਜਿਹਾ ਉਹ ਜੋ ਉਹਨੂੰ ਪਸੰਦ ਹੈ ਉਹ ਬੋਲ ਸਕਦਾ ਆ ਦਾ ਗਵਰਨਮੈਂਟ ਇਜ਼ ਰਿਸਪੌਂਸਿਬਲ ਟੂ ਦਾ ਪੀਪਲ ਐਂਡ ਕੈਨ ਬੀ ਰਿਪਲੇਸਡ ਬਾਈ ਅਨਦਰ ਇਫ ਦਾ ਮੈਜੋਰਿਟੀ ਆਫ ਪੀਪਲ ਡਿਜ਼ਾਇਰ ਕਹਿੰਦੇ ਇਹ ਉਹ ਵਾਲਾ ਟਾਈਪ ਆਫ ਗਵਰਨਮੈਂਟ ਹੋਏਗੀ ਜਿਹਦੇ ਵਿੱਚ ਜਿਹੜੀ ਗਵਰਨਮੈਂਟ ਹੈ ਉਹ ਰਿਸਪੌਂਸਿਬਲ ਹੈ ਉਹਦੀ ਜਵਾਬਦੇਹੀ ਹੈ ਲੋਕਾਂ ਨੂੰ ਲੋਕਾਂ ਦੇ ਲਈ ਉਹਨੂੰ ਪ੍ਰਤੀ ਰਿਸਪੌਂਸਿਬਲ ਹੋਣਾ ਪੈਂਦਾ ਹੈ ਐਂਡ ਉਹਨੂੰ ਰਿਪਲੇਸ ਕੀਤਾ ਜਾ ਸਕਦਾ ਆ ਲੋਕਾਂ ਦੇ ਵੱਲੋਂ ਜੇ ਮੈਜੋਰਟੀ ਆਫ ਲੋਕ ਚਾਹਣ ਕਿ ਅਸੀਂ ਇਸ ਗਵਰਨਮੈਂਟ ਨੂੰ ਹਟਾਉਣਾ ਆ ਤਾਂ ਉਹ ਹਟਾ ਵੀ ਸਕਦੇ ਆ ਇਨ ਕੰਟਰੀਜ਼ ਵਿਚ ਬਿਲੋਂਗ ਟੂ ਦਿਸ ਗਰਪ ਵੀ ਵਿਚ ਵੀ ਵਿੱਚ ਵੀ ਮੇ ਕਾਲ ਡੈਮੋਕਰacies ਦ ਰਿਜ਼ਲਟ ਇਜ਼ ਜਰਨਲੀਜ਼ ਵਾਈਡ ਸਪਰੈਡ ਐਜੂਕੇਸ਼ਨ ਐਂਡ ਇਨਲਾਈਟਮੈਂਟ ਅ ਰਾਈジング ਸਟੈਂਡਰਡ ਆਫ ਲਿਵਿੰਗ ਐਂਡ ਗ੍ਰੇਟਰ ਇਕਵੈਲਟੀ ਬੀਟਵੀਨ ਡਿਫਰੈਂਟ ਕਲਾਸਸਸ ਆਫ ਪੀਪਲ ਕਹਿੰਦੇ ਆ ਇਸ ਗਵਰਨਮੈਂਟ ਨੂੰ ਅਸੀਂ ਕੀ ਨਾਮ ਦਿੰਨੇ ਆ ਡੈਮੋਕਰੇਸੀ ਦਾ ਨਾਮ ਦਿੰਨੇ ਆ ਇਹਦੇ ਵਿੱਚ ਕੀ ਹੁੰਦਾ ਡੈਮੋਕ੍ਰੇਸੀ ਦੇ ਵਿੱਚ ਇਹਦੇ ਵਿੱਚ ਕਹਿੰਦੇ ਵਾਈਡ ਸਪਰੈਡ ਆਫ ਐਜੂਕੇਸ਼ਨ ਹੁੰਦੀ ਆ ਲੋਕ ਜਿਹੜੇ ਆ ਇਨਲਾਈਟਨਡ ਹੁੰਦੇ ਆ ਠੀਕ ਹੈ ਉਹਨਾਂ ਉਹ ਉਹ ਉਹਨਾਂ ਨੂੰ ਉਹਨਾਂ ਦੇ ਵਿੱਚ ਸੂਝ-ਬੂਝ ਹੁੰਦੀ ਆ ਉਥੇ ਉਹਨਾਂ ਦਾ ਲਿਵਿੰਗ ਸਟੈਂਡਰਡ ਜਿਹੜਾ ਰੇਜ਼ ਹੁੰਦਾ ਹੈ ਤੇ ਡਿਫਰੈਂਟ ਕਲਾਸਿਸ ਦੇ ਚਾਹੇ ਲੋਕ ਹੈ ਕੋਈ ਰਿਚ ਪੂਰ ਮਿਡਲ ਕਲਾਸ ਜਿਹੜੀਆਂ ਮਰਜੀ ਕਲਾਸਿਸ ਨੂੰ ਲੋਕ ਬਿਲੋਂਗ ਕਰਦੇ ਹੋਣ ਉਹਨਾਂ ਦੇ ਵਿੱਚ ਇਕੁਐਲਿਟੀ ਦੇਖਣ ਨੂੰ ਮਿਲਦੀ ਆ ਥਿਸ ਇਸ ਥਿਸ ਇਸ ਨਾਟ ਹਾਊਏਵਰ ਦਾ ਕੇਸ This is not, however, the case is in all such countries. But can they? Is such? this is not the case everywhere. democracy For example, in India also, it is not as true. In some of these money power. is strong and the gulf between a handful of rich people and the masses of the poor is wide kende ithe problem ki hundi hai na ki money power is <laughs> strong jinna lokan de kol paisa hai na they are very strong and gulf gulf means the gap gap between the handful of rich people jehde da ameer hai jehde the rich people are they are handful handful means mutthi par log hai ਐਂਡ ਦ ਪੂਅਰ ਪੂਅਰ ਆਰ ਦਾ ਮਾਸਸ ਪੂਅਰ ਜਿਹੜੇ ਗਰੀਬ ਲੋਕ ਆ ਦੇ ਆਰ ਇਨ ਹਿਊਜ ਨੰਬਰ ਸੋ ਉਹਨਾਂ ਦੇ ਵਿੱਚ ਜਿਹੜਾ ਗੈਪ ਹੈ ਨਾ ਉਹ ਬਹੁਤ ਜ਼ਿਆਦਾ ਹੁੰਦਾ ਹੈ ਤੇ ਉਹ ਮਨੀ ਪਾਵਰ ਹੈ ਜਿਹੜੀ ਉਹ ਸਟਰੋਂਗ ਹੈ ਜਿਨ੍ਹਾਂ ਲੋਕਾਂ ਦੇ ਕੋਲ ਪੈਸਾ ਆ ਉਹ ਇਵਨ ਗਵਰਨਮੈਂਟਸ ਨੂੰ ਵੀ ਕੰਟਰੋਲ ਕਰ ਲੈਂਦੇ ਆ

Equal, it is uneven, vary, vary means uh, uh, change widely from country to country. That is only natural since the success of since the success of democratic way of life is dependent on the wisdom and stupidity of common people who govern themselves. This is very important. Agar can they democratic government fail? ਜੇ ਅਗਰ ਅਸੀਂ ਕਹਿੰਦੇ ਆ ਕਿ ਪ੍ਰਾਈਮ ਮਿਨਿਸਟਰ ਅੱਛਾ ਨਹੀਂ ਹੈ ਗਵਰਨਮੈਂਟ ਸਹੀ ਕੰਮ ਨਹੀਂ ਕਰ ਰਹੀ ਹੈ ਇਟ ਇਜ਼ ਬਿਕਾਜ਼ ਉੱਥੋਂ ਦੇ ਜਿਹੜੇ ਲੋਕੀ ਆ ਨਾ ਕਾਮਨ ਲੋਗ ਆ ਉਹ ਫਿਰ ਸਟੂਪਿਡ ਹੋਣਗੇ ਜਿੱਥੇ ਗਵਰਨਮੈਂਟ ਵਧੀਆ ਕੰਮ ਕਰ ਰਹੀ ਹੈ ਉਹ ਸੇਮ ਡੈਮੋਕ੍ਰੇਸੀ ਗਵਰਨਮੈਂਟ ਹੈ ਸੇਮ ਵਧੀਆ ਕੰਮ ਹੋ ਰਿਹਾ ਸਿਸਟਮ ਅੱਛਾ ਹੈ ਇਹਦਾ ਮਤਲਬ ਉੱਥੋਂ ਦੇ ਲੋਕੀ ਸਿਆਣੇ ਆ ਉਹਨਾਂ ਨੇ ਸਹੀ ਬੰਦਿਆਂ ਨੂੰ ਵੋਟ ਪਾ ਕੇ ਗਵਰਨਮੈਂਟ ਉਹਨਾਂ ਦੇ ਹੱਥਾਂ ਵਿੱਚ ਦਿੱਤੀ ਹੋਈ ਆ ਕੁਝ ਕੰਟਰੀਜ਼ ਐਦਾਂ ਨਹੀਂ ਆ ਕਿ ਉੱਥੇ ਬੇਵਕੂਫ ਲੋਕ ਹੀ ਰਹਿੰਦੇ ਆ ਸਟੂਪਿਡ ਲੋਕ ਰਹਿੰਦੇ ਆ ਉਹਨਾਂ ਨੇ ਗਲਤ ਬੰਦਿਆਂ ਨੂੰ ਵੋਟਾਂ ਪਾ ਕੇ ਮੈਜੋਰਿਟੀ ਆਫ ਪੀਪਲ ਨੇ ਗਲਤ ਬੰਦਿਆਂ ਨੂੰ ਵੋਟਾਂ ਪਾ ਕੇ ਉਹਨਾਂ ਨੂੰ ਗਵਰਨਮੈਂਟ ਦੇ ਵਿੱਚ ਲਿਆਂਦਾ ਹੋਇਆ ਆ ਈਚ ਨੇਸ਼ਨ ਇਟ ਇਜ਼ ਇਟ ਹੈਜ਼ ਬੀਨ ਸੈਡ ਗੇਟਸ ਦਾ ਕਾਈਂਡ ਆਫ ਗਵਰਨਮੈਂਟ ਇਟ ਡਿਜ਼ਰਵਸ ਇਟ ਇਜ਼ ਅ ਵੈਰੀ ਇੰਪੋਰਟੈਂਟ ਲਾਈਨ ਕਹਿੰਦੇ ਹਰ ਦੇਸ਼ ਜਿੱਦਾਂ ਦੀ ਉਹ ਗਵਰਨਮੈਂਟ ਡਿਜ਼ਰਵ ਕਰਦਾ ਆ ਨਾ ਉਦਾਂ ਦੀ ਉਹਨਾਂ ਨੂੰ ਗਵਰਨਮੈਂਟ ਮਿਲ ਜਾਂਦੀ ਹੈ ਜੇ ਉੱਥੋਂ ਦੇ ਲੋਕ ਸਮਝਦਾਰ ਆ ਤਾਂ ਅੱਛੀਆਂ ਗਵਰਨਮੈਂਟਸ ਹੈ ਜੇ ਉੱਥੋਂ ਦੇ ਲੋਕ ਸਟੂਪਿਡ ਆ ਤਾਂ ਉਹਨਾਂ ਦੀ ਗਵਰਨਮੈਂਟਸ ਵੀ ਬੁਰੀਆਂ ਆ ਵੀ ਵੈਨ ਵੀ ਟਰਨ ਟੂ ਦਾ ਅਦਰ ਗਰੁੱਪ ਆਫ ਸਟੇਟਸ ਵਿਚ ਵੀ ਵਿਚ ਵੀ ਮੇ ਕਾਲ ਡਿਕਟੇਟਰਸ਼ਿਪ ਡੈਮੋਕ੍ਰੇਸੀ ਦੇ ਆਪੋਜ਼ਿਟ ਕਿਹੜੀ ਗਵਰਨਮੈਂਟ ਹੈ ਡਿਕਟੇਟਰਸ਼ਿਪ ਗਵਰਨਮੈਂਟ ਆ ਵੀ ਫਾਈਂਡ ਦਾ ਗਵਰਨਮੈਂਟ ਹੈਵਿੰਗ ਕੰਟਰੋਲ ਓਵਰ ਦਾ ਲਾਈਫ ਆਫ ਪੀਪਲ industries are owned and run by state everything is planned in advance by the officials right at the top of the state there is one man dictatorship de vich ki hunda hai jeda ki government de kol hunda sara control lokan di zindagi da sara control government de kol hunda uthon di industry bhi government de kol hundi hai sara kuch ohi chalande ya sab kuch ohi plan karde ya in advance ਇੱਕ ਟਾਪ ਤੇ ਸਿਰਫ ਇੱਕ ਬੰਦਾ ਹੁੰਦਾ ਹੈ देयर इज ਵਨ ਮੈਨ ਜਿਹਦੇ ਕੋਲ ਸਾਰਾ ਕੰਟਰੋਲ ਹੁੰਦਾ ਹੀ ਆਰਡਰਸ एवरीथिंग ਹੀ ਡਿਕਟੇਟਸ ਦਾ ਡਿਕਟੇਟਰਸ ਏਵਰੀ ਵਿਸ਼ ਮਸਟ ਬੀ ਅਵੇਡ ਉਹ ਸਾਰਾ ਕੁਝ ਆਰਡਰ ਦਿੰਦਾ ਡਿਕਟੇਟ ਕਰਦਾ ਹੈ ਤੇ ਉਹਦੀ ਵਿਸ਼ ਨੂੰ ਪੂਰਾ ਕਰਨਾ ਉਥੋਂ ਦੇ ਲੋਕਾਂ ਦਾ ਧਰਮ ਹੁੰਦਾ ਹੈ ਐਨੀ ਓਪੋਜੀਸ਼ਨ ਟੂ ਹਿਮ ਇਜ਼ ਡਿਸਟਰੋਇਡ ਬਾਈ ਫੋਰਸ ਬਾਈ ਡੈਥ ਲਾਈਕ ਦਾ ਕਿੰਗਸ ਆਫ 올ਡਨ ਟਾਈਮ ਹੀ ਕੈਨ ਡੂ ਨੋ ਰੋਂਗ ਕਹਿੰਦੇ ਕਿ ਇਹ ਜੇ ਕੋਈ ਉਹਨੂੰ ਆਪੋਜੀਸ਼ਨ ਕਰਦਾ ਹੈ ਨਾ ਆਪੋਜ਼ ਕਰਦਾ ਹੈ ਤਾਂ ਉਹ ਜਿਹੜਾ ਬੰਦਾ ਹੈ ਉਹ ਉਹਨੂੰ ਡਿਸਟਰੋਏ ਕਰ ਸਕਦਾ ਬਾਈ ਫੋਰਸ অর ਬਾਈ ਥੈਟ ਜਿਸ ਤਰ੍ਹਾਂ ਪੁਰਾਣੇ ਟਾਈਮ ਦੇ ਵਿੱਚ ਕਿੰਗਸ ਹੁੰਦੇ ਸੀ ਰਾਜਾ ਕੁਝ ਗਲਤ ਨਹੀਂ ਕਰ ਸਕਦਾ ਇਹ ਵੀ ਉਸੇ ਤਰ੍ਹਾਂ ਇਹ ਲੋਕ ਹੁੰਦੇ ਆ ਇਸ ਅਫੀਸ਼ੀਅਲਜ਼ ਓਬੇ ਹਿਮ ਐਸ ਸੋਲਜਰਜ਼ ਓਬੇ ਆ ਜਰਨਲ ਜਿਸ ਤਰ੍ਹਾਂ ਆਰਮੀ ਦੇ ਵਿੱਚ ਇੱਕ ਜਰਨਲ ਹੁੰਦਾ ਜਰਨਲ ਆਰਡਰ ਦਿੰਦਾ ਸਾਰੀ ਆਰਮੀ ਉਸੇ ਤਰ੍ਹਾਂ ਹੀ ਬਿਹੇਵ ਕਰਦੀ ਆ ਉਸੇ ਤਰ੍ਹਾਂ ਅਟੈਕ ਕਰਦੀ ਜਾਂ ਰੁਕ ਜਾਏਗੀ ਸਿਮਿਲਰਲੀ ਕਹਿੰਦੇ ਉਹਦੇ ਜਿਹੜੇ ਅਫੀਸ਼ੀਅਲਸ ਹੁੰਦੇ ਆ ਉਹ ਵੀ ਉਹਦੇ ਖਿਲਾਫ ਕੁਝ ਨਹੀਂ ਬੋਲ ਸਕਦੇ ਉਹਨਾਂ ਨੂੰ ਵੀ ਓਬੇ ਕਰਨਾ ਪੈਂਦਾ ਲਾਈਕ ਅ ਜਰਨਲ ਅ ਕਾਮਨ ਮੈਨ ਮੇ ਨਾਟ ਸਪੀਕ অর ਰਾਈਟ অর ਇਵਨ ਥਿੰਕ ਫਾਰ ਹਿਮਸੈਲਫ ਜਿਹੜਾ ਕਾਮਨ ਮੈਨ ਹੁੰਦਾ ਹੈ ਨਾ ਉਹਦੇ ਕੋਲ ਕੋਈ ਰਾਈਟ ਨਹੀਂ ਹੁੰਦਾ ਕੁਝ ਬੋਲਣ ਦਾ ਲਿਖਣ ਦਾ ਕੁਝ ਨਹੀਂ ਸੋਚਣ ਦਾ ਆਪਣੇ ਲਈ ਨਾਉ ਇਫ ਇਟ ਵਰ ਪੋਸੀਬਲ ਫਾਰ ਸੱਚ ਅ ਸਿਸਟਮ ਟੂ ਯੀਲਡ ਰਿਜ਼ਲਟਸ ਇਨ ਇਨਕਰੀਜ਼ਿੰਗ ਦਾ ਪ੍ਰੋਸਪੈਰਿਟੀ ਹੈਪੀਨੈਸ ਆਫ ਦਾ ਪੀਪਲ there might be something uh, they might be might perhaps be something to be said for it though personally i would, would not like to live in a such a state nor i guess would you kende ki agar idda da system jithe vich ik bande kol control hai te sare lokan oh hi karna penda jo kenda hai agar kende it it is possible for such a system to yield yield means produce results in increasing the prosperity and happiness of the people ta kende is system de bare zarur kuch na kuch kehna payega sochna payega kyuki personally kende main aidan de system aidan di state de vich rehna pasand nahi karanga and i think tu hanu bhi ye cheez nahi pasand hoegi as it happens however although the dictators claim, claim omniscience and demand all the decision to be left to for to them for journal good none of the basic problems of our time has been solved in such states kende ki although dictator jede claim karde hai ki we are omniscient omniscient means who knows everything jenu sara kuch pata hove and demand that all the decision should be left to them aur oh hi demand karde hai ki je tusi chahne hai tuhanu bhala hove tuhan diyan sari problems solve hon ਤਾਂ ਤੁਸੀਂ ਸਾਰਾ ਸਾਰੇ ਫੈਸਲੇ ਇੱਕ ਬੰਦੇ ਤੇ ਛੱਡ ਦੋ ਬਟ ਉਹ ਕਹਿੰਦੇ ਕਿ ਜੋ ਮੈਂ ਆਪਣੇ ਟਾਈਮ ਦੇ ਵਿੱਚ ਪ੍ਰੋਬਲਮ ਦੇਖੀਆਂ ਇਸ਼ੂਜ਼ ਦੇਖੇ ਆ ਉਹ ਇਦਾਂ ਦੀ ਗਵਰਨਮੈਂਟ ਦੇ ਨਾਲ ਸੋਲਵ ਨਹੀਂ ਹੋ ਸਕਦੇ ਕੰਡੀਸ਼ਨਸ ਆਫ ਵਰਕ ਐਂਡ ਲਿਵਿੰਗ ਸ਼ੋ ਲਿਵਿੰਗ ਸ਼ੋ ਨੋ ਇੰਪਰੂਵਮੈਂਟ ਇਕੁਐਲਿਟੀ ਇਜ਼ ਈਵਨ ਮੋਰ ਡਿਸਟੈਂਟ ਦੈਨ ਬਿਫੋਰ ਲਿਬਰਟੀ which has been bartered uh, away in the vain hope Vain means waste hope of equality and security is lost, and nothing has been gained in return but more inequality and fear. Can they the governments, the states, which are the dictatorship government which are the conditions of work, living conditions, living standard of living, no improvement. Equality is even more distant before. ਪਹਿਲਾਂ ਵੀ ਕੋਈ ਇਕਵੈਲਿਟੀ ਨਹੀਂ ਸੀ ਹੁੰਦੀ ਬਰਾਬਰੀ ਨਹੀਂ ਸੀ ਹੁੰਦੀ ਹੁਣ ਵੀ ਜਿਹੜੀ ਇਕਵੈਲਿਟੀ ਹੈ ਉਹ ਹੋਰ ਪਹਿਲਾਂ ਨਾਲੋਂ ਵੀ ਦੂਰ ਚਲੀ ਗਈ ਹੈ ਲਿਬਰਟੀ ਆਜ਼ਾਦੀ ਆਪਣੀ ਆਜ਼ਾਦੀ ਵਿੱਚ ਹੈਜ਼ ਬੀਨ ਬਾਰਟਰਡ ਬਾਰਟਰਡ ਕਰਨਾ ਮਤਲਬ ਸਵੈਪ ਕਰਨਾ ਕਿਸੇ ਨਾਲ ਸਵਾਪਿੰਗ ਕਰਨੀ ਐਕਸਚੇਂਜ ਕਰਨਾ ਉਹਨਾਂ ਨੇ ਕਹਿੰਦੇ ਲੋਕਾਂ ਨੇ ਆਪਣੀ ਆਜ਼ਾਦੀ ਉਸ ਬੰਦੇ ਦੇ ਨੂੰ ਐਕਸਚੇਂਜ ਆਫਰ ਦੇ ਵਿੱਚ ਦਿੱਤੀ ਸੀ ਬਟ ਉਹਨਾਂ ਨੇ ਕਿਸ ਹੋਪ ਇਸ ਉਮੀਦ ਨਾਲ ਦਿੱਤੀ ਸੀਗੀ ਕਿ ਉਹਨਾਂ ਨੂੰ ਇਕੁਐਲਿਟੀ ਐਂਡ ਸਿਕਿਉਰਿਟੀ ਮਿਲੇਗੀ ਲੇਕਿਨ ਉਹਨਾਂ ਦੀ ਇਹ ਉਹਨਾਂ ਦੀ ਇਹ ਉਮੀਦ ਕੀ ਹੋ ਗਈ ਵੇਸਟ ਹੋ ਗਈ ਵੇਨ ਹੋ ਗਈ ਕਿਉਂਕਿ ਕੁਝ ਵੀ ਨਹੀਂ ਮਿਲਿਆ ਉਹਨਾਂ ਨੂੰ ਤੇ ਉਹਨਾਂ ਦੀ ਆਪਣੀ ਆਜ਼ਾਦੀ ਵੀ ਚਲੇ ਗਈ ਬਟ ਜਦ ਕੀ ਉਹਨਾਂ ਨੂੰ ਰਿਟਰਨ ਦੇ ਵਿੱਚ ਕੀ ਮਿਲਿਆ ਸਿਰਫ ਇਨ ਇਕੁਐਲਿਟੀ ਐਂਡ ਮੋਰ ਫੀਅਰ ਉਹਨਾਂ ਦੇ ਵਿੱਚ ਉਹਨਾਂ ਦੀ ਕੰਟਰੀ ਦੇ ਵਿੱਚ ਹੋਰ ਹੀ ਇਨ ਇਕੁਐਲਿਟੀ ਵੱਧ ਗਈ ਤੇ ਲੋਕੀ ਲੋਕਾਂ ਦੇ ਵਿੱਚ ਡਰ ਵੀ ਜ਼ਿਆਦਾ ਵੱਧ ਗਿਆ so there we are we must turn back to the first brand inadequate and disappointing as it may sometimes be kende ki a first brand of government Valhi jana which was the first brand democracy in kende inadequate in inadequate inadequate sahi this is disappointing ਮਤਲਬ ਕਿ ਨਿਰਾਸ਼ ਹੈ ਲੋਕ ਡੈਮੋਕ੍ਰੇਸੀ ਹੋਣ ਦੇ ਬਾਵਜੂਦ ਵੀ ਲੋਕਤੰਤਰ ਹੋਣ ਦੇ ਬਾਵਜੂਦ ਵੀ ਲੋਕੀ ਨਿਰਾਸ਼ ਹੈ ਇਟ ਮੇ ਸਮ ਟਾਈਮਸ ਵੀ ਕਈ ਵਾਰ ਕਹਿੰਦੇ ਹੈ ਇਨੈਡੀਕੁਏਟ ਐਂਡ ਡਿਸਪਾਇੰਟਮੈਂਟ ਗਵਰਨਮੈਂਟ ਤਾਂ ਹੁੰਦੀ ਹੈ ਡੈਮੋਕ੍ਰੇਸੀ ਵੀ ਬਟ ਸਾਨੂੰ ਇਸੇ ਬ੍ਰੈਂਡ ਨੂੰ ਫੋਲੋ ਕਰਨਾ ਚਾਹੀਦਾ ਹੈ history teachers us that there are no shortcuts to the good life which can which has to be earned and deserved by the people before it is achieved kande okay, history to hi assi sikhya ya ki koi shortcuts nahi hai ki thano bahut achi life mil jaye te shortcut ve re nal fatafat mil jaye which has to be earned and deserved by the people who it is achieved kande lokanu eh pehla eh good life earn karni payegi te apne aap nu eh de le qabil deserving banana payega qabil banana payega inu achieve karan to pehla we do want planning for good life but not at the cost of liberty everybody want good life par apni azadi nu gaway bina nahi we must for, move forward to the better society as fast as we can but cannot be faster than people are ready to move freely and of their own will kende as har ik cha koi chahnda hai ki better society create hove te asi fast is uh, the fastly better society banan wal asi fast kadam chukiye but kende asi udho tak faster ni chal chal sakte jadon tak log taiyar ni hai اپنی ਫ੍ਰੀ ਵਿਲ ਦੇ ਨਾਲ ਉਸ ਪਾਥ ਦੇ ਉੱਤੇ ਚੱਲਣ ਦੇ ਲਈ ਹਾਊ ਵਿਲ ਯੂ ਆਸਕ ਕੈਨ ਸੱਚ 빅 ਸਟੈਪਸ ਬੀ ਟੇਕਨ ਕੈਨ ਦੇ ਬੀ ਅਚੀਵਡ ਬਾਇ ਵਾਇਲੈਂਟ ਵਰਸ ਐਂਡ ਰਿਵੋਲੂਸ਼ਨ ਕੀ ਕਹਿੰਦੇ ਅਸੀਂ ਇਹ ਸਟੈਪਸ ਲੈ ਸਕਦੇ ਹਾਂ ਕੀ ਅਸੀਂ ਗਵਰਨਮੈਂਟਸ ਜਿਹੜੀਆਂ ਆ ਉਹ ਬਦਲ ਸਕਦੇ ਹਾਂ ਤੇ ਕੈਨ ਬੀ ਅਚੀਵਡ ਬਾਏ ਵਾਇਲੈਂਟ ਵਾਰ ਐਂਡ ਰੈਵੋਲੂਸ਼ਨ ਕੀ ਅਸੀਂ ਗੁੱਡ ਲਾਈਫ ਕ੍ਰੀਏਟ ਕਰਨ ਦੇ ਲਈ ਆਪਣੀ ਸੋਸਾਇਟੀ ਦੇ ਵਿੱਚ ਗਵਰਨਮੈਂਟ ਚੇਂਜ ਕਰਨ ਦੇ ਲਈ ਜਾਂ ਆਪਣੇ ਲਈ ਵਧੀਆ ਲਾਈਫ ਕ੍ਰੀਏਟ ਕਰਨ ਦੇ ਲਈ ਕੀ ਸਾਨੂੰ ਵਾਇਲੈਂਟ ਵਾਰ ਵਾਰ ਐਂਡ ਰੈਵੋਲੂਸ਼ਨ ਇਹ ਸਟੈਪ ਲੈਣੇ ਚਾਹੀਦੇ ਆ ਥੇਰ ਆਰ ਮੈਨੀ ਪੀਪਲ ਹੂ ਥਿੰਕ ਸੋ ਐਂਡ ਥੇਰ ਆਰ ਥੇਰ ਪ੍ਰੇਪੇਅਰਡ ਟੂ ਬੀਟ ਐਂਡ ਕਿਲ ਅਦਰਸ ਹੂ ਵੌਂਟ ਸਵੈਲੋ ਥੇਅਰ ਸਪੈਸ਼ਲ ਬ੍ਰਾਂਡ ਆਫ ਨਿਊ ਆਰਡਰ ਕਹਿੰਦੇ ਬਹੁਤ ਲੋਕੀ ਸੋਚਦੇ ਆ ਇਹ ਕਿ ਸਾਨੂੰ ਵਾਇਲੈਂਟ ਤਰੀਕੇ ਨਾਲ ਲੜਾਈ ਝਗੜਾ ਕਰਕੇ ਵਾਰ ਕਰਕੇ ਸਾਨੂੰ ਜਿਹੜੀ ਹੈ ਗਵਰਨਮੈਂਟ ਦੇ ਨਾਲ ਰੈਵੋਲੂਸ਼ਨ ਕਰਕੇ ਜਾਂ ਡਿਸਟਰਕਸ਼ਨ ਕਰਕੇ ਗਵਰਨਮੈਂਟ ਬਦਲ ਦੇਣੀ ਚਾਹੀਦੀ ਹੈ ਤੇ ਉਹ ਲੋਕ ਜਿਹੜੇ ਆ ਪ੍ਰੀਪੇਅਰਡ ਵੀ ਹੁੰਦੇ ਆ ਟੂ ਬੀਟ ਐਂਡ ਕਿਲ ਅਦਰਸ ਦੂਜਿਆਂ ਨੂੰ ਮਾਰਨੇ ਲਈ ਉਚਿਆਂ ਨੂੰ ਜਾਣ ਤੋਂ ਉਹਨਾਂ ਦੀ ਲੈਂਡ ਲਈ ਵੀ ਤਿਆਰ ਹੁੰਦੇ ਆ ਜਿਹੜੇ ਕੀ ਉਹਨਾਂ ਦਾ ਸਪੈਸ਼ਲ ਬ੍ਰਾਂਡ ਆਫ ਨਿਊ ਆਰਡਰ ਮੀਨਸ ਨਿਊ ਫਾਰਮ ਆਫ ਗਵਰਨਮੈਂਟ ਨੂੰ ਜਿਹੜੇ ਸੈਪਟ ਨਹੀਂ ਕਰਦੇ देयर ਆਰ ਆਲਸੋ ਵਾਈਜ਼ਰ ਪੀਪਲ ਦੇ ਆਰ ਵੈਰੀ ਫਿਊ ਹੂ ਵੌਂਟ ਬਲੀਵ ਥੈਟ ਬਾਈ ਕਿਲਿੰਗ ਪੀਪਲ ਯੂ ਕੈਨ ਮੇਕਸ ਥੈਮ ਵਾਈਜ਼ਰ অর ਮੋਰ ਫਰੈਂਡਲੀ ਕਹਿੰਦੇ ਕੁਝ ਲੋਕੀ ਕੁਝ ਲੋਕ ਸਮਝਦਾਰ ਵੀ ਹੈ ਬਟ ਉਹ ਲੋਕ ਬਹੁਤ ਕਟ ਹੈ ਜਿਹੜੇ ਕੀ ਬਲੀਵ ਕਰਦੇ ਆ ਕਿ ਬਾਈ ਕਿਲਿੰਗ who uh, who want to believe that jide is to vishwas nahi rakhde ki by killing people lokan nu marran nal assi unna nu zyada samajhdar ya friendly bana sakde ha they don't think noble ends can be achieved by foul methods oh jide log ha na oh e sochde ha ki assi noble ends matlab ki vadiya result ha na mahan koi aim prapt kar lena oh khende assi nahi kar sakde achieve गलत मेथड्स इन अल्फाउल मेथड्स ਨਾਲ ਸੱਚ ਵਰ ਬੁੱਧਾ ਅਸ਼ੋਕਾ ਜੀਸਸ ਕ੍ਰਾਈਸਟ ਐਦਾਂ ਦੇ ਲੋਕ ਕੌਣ ਸੀ ਬੁੱਧਾ ਸੀ ਅਸ਼ੋਕਾ ਸੀ ਜੀਸਸ ਕ੍ਰਾਈਸਟ ਸੀ ਜਿਨ੍ਹਾਂ ਨੇ ਵਾਇਲੈਂਸ ਨੂੰ ਨਿਕਾਲ ਰਿਆ ਸੱਚ ਇਨ ਆਰ ਟਾਈਮ ਐਂਡ ਇਨ ਇਨ ਆਰ ਓਨ ਕੰਟਰੀ ਹੈਜ਼ ਬੀਨ ਮਹਾਤਮਾ ਗਾਂਧੀ ਹੂਜ਼ ਵੈਪਨ ਵਰ ਨੋਨ ਵਾਇਲੈਂਸ ਐਂਡ ਟਰੂਥ ਕਹਿੰਦੇ ਸਾਡੇ ਦੇਸ਼ ਦੇ ਵਿੱਚ ਵੀ ਇਦਾਂ ਦੇ ਮਹਾਨ ਲੋਕ ਹੋਏ ਐ ਐਂਡ ਉਹ ਸੀ ਮਹਾਤਮਾ ਗਾਂਧੀ ਜਿਨ੍ਹਾਂ ਦਾ ਹਥਿਆਰ ਕੀ ਸੀ નોਨ ਵਾਇਲੈਂਸ ਐਂਡ ਟਰੂਥ ਵੀ ਆਫਨ ਹियर ਪੀਪਲ ਸੇ ਦੈਟ ਮੋਸਟ ਹਿਊਮਨ ਬੀਇੰਗਸ ਹੈਵ ਨਾਟ ਯੇਟ ਅਵਾਲਟ অর ਗਰੋਨ ਅਪ ਇਨਫ ਸ ਟੂ ਸਟਿਕ ਟੂ ਦ ਟਰੂਥ অর ਨੋਨ ਵਾਇਲੈਂਸ ਦੈਟ ਇਜ਼ ਵੈਰੀ ਟਰੂ ਸੰਬਡੀ ਹੈਜ਼ ਡਿਸਕ੍ਰਾਈਬ ਪੀਪਲ ਆਫ ਆਫ ਆਰ ਟਾਈਮ As possessing the powers of gods and the minds of children minds of school children which only show how grown ups will put on years kende <laughs> ki jide assi lokan nu kende hoye sunya ya ਕੀ ਮੋਸਟ ਹਿਊਮਨ ਬੀਇੰਗਸ ਹੈਵ ਨਾਟ ਯੇਟ ਇਵੋਲਵਡ অর ਗਰੋਨ ਅਪ ਇਨਫ ਟੂ ਸਟਿਕ ਟੂ ਦਾ ਟਰੂਥ ਐਂਡ ਨਾਨ ਵਾਇਲੈਂਸ ਕਿ ਜਿਹੜੇ ਹਿਊਮਨ ਬੀਇੰਗਸ ਹਨ ਉਹ ਹਜੇ ਇੰਨਾ ਜ਼ਿਆਦਾ ਇਵੋਲਵ ਨਹੀਂ ਕੀਤਾ ਉਹਨਾਂ ਨੇ ਆਪਣੇ ਆਪ ਨੂੰ ਇੰਨੇ ਜ਼ਿਆਦਾ ਗਰੋਨ ਅਪ ਨਹੀਂ ਹੋਏ ਕਿ ਉਹ ਸੱਚ ਦੇ ਨਾਲ ਜਾਂ ਨਾਨ ਵਾਇਲੈਂਸ ਦੇ ਨਾਲ ਸਟਿਕ ਹੋ ਕੇ ਰਹਿ ਸਕਣ ਦਿਸ ਇਜ਼ ਕਹਿੰਦੇ ਇਟ ਇਜ਼ ਆਲਸੋ ਟਰੂ ਬਿਲਕੁਲ ਸਹੀ ਗੱਲ ਹੈ ਸਮਬਡੀ ਹੈਜ਼ ਡਿਸਕਰਾਇਡ ਪੀਪਲ ਆਫ ਆਰ ਟਾਈਮ possessing the powers of gods and minds of school children kende ki um ਕੁਝ ਲੋਕਾਂ ਨੇ ਤਾਂ ਸੰਬਧੀ ਕਿਸੇ ਨੇ ਇਦਾਂ ਵੀ ਐਕਸਪਲੇਨ ਕੀਤਾ ਸੀਗਾ ਕਿ ਸਾਡੇ ਟਾਈਮ ਤੇ ਜਿਹੜੇ ਲੋਕ ਹੈ ਨਾ ਉਹਨਾਂ ਦੇ ਕੋਲ ਪਾਵਰਸ ਆਫ ਦਾ ਗੋਡਸ ਹੈ ਪਰ ਜਿਹੜਾ ਦਿਮਾਗ ਹੈ ਉਹ ਸਕੂਲ ਬੱਚਿਆਂ ਵਾਲਾ ਹੈ ਵਿਚ ਓਨਲੀ ਸ਼ੋਸ ਹਾਊ ਦਾ ਗਰੋਨ ਅਪਸ ਵਿਲ ਪੁੱਟ ਔਨ 에ਅਰਸ ਪੁੱਟ ਔਨ 에ਅਰਸ ਦਾ ਮਤਲਬ ਕੀ ਹੁੰਦਾ ਨੋ ਮੋਰ ਦੈਨ ਅਦਰਸ कि ਆਪਣੇ ਆਪ ਨੂੰ ਇਹ ਦਿਖਾਵਾ ਕਰਨਾ ਕਿ ਵੀ ਮੈਨੂੰ ਜ਼ਿਆਦਾ ਨੌਲੇਜ ਹੈ ਤੇ ਕਹਿੰਦੇ ਜਿਹੜੇ ਗਰੋਨ ਅਪਸ ਹੈ ਨਾ ਉਹ ਇਸ ਚੀਜ਼ ਦਾ ਸੋਚਦੇ ਆ ਵੀ ਹੁਣ ਅਸੀਂ ਜੇ ਵੱਡੇ ਹੋ ਗਏ ਆ ਤਾਂ ਸਾਡੇ ਕੋਲੇ ਪਾਵਰ ਆ ਗਈ ਹੈ ਠੀਕ ਹੈ ਸਾਡੇ ਕੋਲ ਅਥਾਰਟੀ ਆ ਗਈ ਹੈ ਅਸੀਂ ਦੂਜਿਆਂ ਨੂੰ ਦਬਾ ਸਕਦੇ ਆ ਜਿਸ ਤਰ੍ਹਾਂ ਘਰ ਦੇ ਵਿੱਚ ਇੱਕ ਹੈਡ ਆਫ ਦਾ ਫੈਮਿਲੀ ਆ ਉਹਦੇ ਕੋਲ ਅਥਾਰਟੀ ਹੈ ਉਹ ਦੂਜਿਆਂ ਨੂੰ ਸਪਰੈਸ ਕਰ ਸਕਦੇ ਆ ਬਟ ਉਹ ਕਹਿੰਦੇ ਕਿ ਉਹ ਡਾਇਲੋਗ ਨਹੀਂ ਕਰਦੇ ਜਦੋਂ ਉਹਨਾਂ ਨੂੰ ਕੋਈ ਦੱਸਣਾ ਵੀ ਚਾਹੁੰਦਾ ਆ ਦੇ ਔਨ ਦੇ ਪੁੱਟ ਔਨ ਇਅਰਸ ਉਹ ਸੋਚਦੇ ਆ ਵੀ ਆਰ ਵੀ ਆਰ 올ਡਰ ਇਨਫ ਵੀ ਨੋ एवरीथिंग ਰਸ਼ੀਅਨ ਪੀਸੈਂਟ ਪੁੱਟ ਦਾ ਸੇਮ ਆਈਡੀਆ ਮੱਚ ਬੈਟਰ he when he told the writer maxim gorky you can fly in the air like birds and swim in the sea like fish ਬਟ ਯੂ ਡੋਨਟ ਨੋ ਹਾਊ ਟੂ ਵਾਕ ਅਪਨ ਦਾ ਅਰਥ ਲਾਈਕ ਅ ਮੈਨ ਕਹਿੰਦੇ ਇੱਕ ਰਸ਼ੀਅਨ ਪੀਜ਼ੈਂਟ ਸੀ ਉਹਨੇ ਕਹਿੰਦੇ ਸੇਮ ਆਈਡੀਆ ਜਿਹੜਾ ਕਿ ਬਹੁਤ ਵਧੀਆ ਐਕਸਪਲੇਨ ਕੀਤਾ ਸੀਗਾ ਇੱਕ ਰਾਈਟਰ ਮੈਕਸਿਮ ਗੋਰ ਕਿਸੇ ਉਹਨਾਂ ਨੂੰ ਦੱਸਿਆ ਸੀ ਕਿ ਜਿਹੜੇ ਹਿਊਮਨ ਬੀਇੰਗਸ ਹੈ ਨਾ ਉਹ ਤਾਂ ਹਵਾ ਵਿੱਚ ਵੀ ਉੱਡ ਰਹੇ ਆ ਉਹਨਾਂ ਨੇ ਐਰੋਪਲੇਨਸ ਡਿਜ਼ਾਈਨ ਕਰ ਲਏ ਹਵਾ ਦੇ ਵਿੱਚ ਵੀ ਉੱਡ ਰਹੇ ਆ ਲਾਈਕ ਦਾ ਬਰਡਸ ਸਵਿਮ ਇਨ ਦਾ ਸੀ ਲਾਈਕ ਅ ਫਿਸ਼ ਸੀ ਦੇ ਵਿੱਚ ਹੁਣ ਸਵਿਮਿੰਗ ਕਰਨੀ ਡਾਈਵਿੰਗ ਕਰਨੀ ਵੀ ਸਿੱਖ ਲਈ ਹੈ ਬਟ ਯੂ ਡੋਨਟ نو ਹਾਊ ਟੂ ਵਾਕ ਅਪਨ ਦਾ ਅਰਥ ਲਾਈਕ ਮੈਨ ਲੇਕਿਨ ਉਹਨਾਂ ਨੂੰ ਹਜੇ ਤੱਕ ਅਰਥ ਦੇ ਉੱਤੇ ਚੱਲਣਾ ਤੱਕ ਨਹੀਂ ਆਇਆ ਕਿ ਕਿਸ ਤਰ੍ਹਾਂ ਅਸੀਂ ਚੱਲਣਾ ਆ ਬਟ ਉਹ ਸੋਚਦੇ ਆ ਕਿ ਅਸੀਂ ਬਹੁਤ ਵੱਡੀਆਂ ਵੱਡੀਆਂ ਚੀਜ਼ਾਂ ਅਚੀਵ ਕਰ ਲਈਆਂ ਬਟ ਉਹ ਉਹਨਾਂ ਨੂੰ ਜਿਹੜੀ ਕਿ ਬੇਸਿਕ ਚੀਜ਼ ਹੈ ਅਰਥ ਦੇ ਉੱਤੇ ਚੱਲਣਾ ਉਹ ਤੱਕ ਤੇ ਹਜੇ ਆਇਆ ਨਹੀਂ ਹੈ now there is no need to get despondent despondent means sad at the fact that human beings lack the intelligence and yet to, uh, to know their real interest kende hun is cheez te udaas hon di zarurat nahi hai ki jehde human beings hai unna nu unna de they have they they are their lack of intelligence te unna nu apne sahi interest da pata hi nahi hai we must not forget that the human race is still very very young kende ki sanu huje ਇਹ ਚੀਜ਼ ਭੁੱਲਣੀ ਨਹੀਂ ਚਾਹੀਦੀ ਕਿ ਹਿਊਮਨ ਰੇਸ ਹੈ ਨਾ ਜਿਹੜੀ ਜਦੋਂ अर्ਲੀ ਮੈਨ ਤੋਂ ਬਾਅਦ ਜਿਹੜੀ ਸਿਵਲਾਈਜ਼ਡ ਸੋਸਾਇਟੀ ਬਣੀ ਹੈ ਹਿਊਮਨ ਰੇਸ ਸ਼ੁਰੂ ਹੋਈ ਹੈ ਇਟ ਇਜ਼ ਵੈਰੀ ਵੈਰੀ ਯੰਗ ਹਜੇ ਬਹੁਤ ਪੁਰਾਣੀ ਗੱਲ ਨਹੀਂ ਹੈ ਇਹ ਸੀਐਮ ਸੀਈਐਮ ਜੋਰਡ ਇਨ ਹਿਸ ਡਿਲਾਈਟਫੁਲ ਸਟੋਰੀ ਆਫ ਲਿਟਲ ਸਟੋਰੀ ਆਫ ਸਿਵਲਾਈਜ਼ੇਸ਼ਨ ਹੀ ਹੈਜ਼ ਕੰਪਿਊਟਿਡ ਥੈਟ ਇਫ ਵੀ ਉਹਨਾਂ ਨੇ ਇੱਕ ਜੀ ਸੀ ਐਮ ਚੌਰਟ ਨੇ ਇੱਕ ਬਹੁਤ ਹੀ ਫਨੀ ਡਿ莱ਟਫੁਲ ਮਜ਼ੇਦਾਰ ਸਟੋਰੀ ਲਿਖੀ ਸੀ ਸਟੋਰੀ ਆਫ ਸਿਵਲਾਈਜੇਸ਼ਨ ਇਨ ਵਿੱਚ ਹੀ ਹੈਜ਼ ਕੰਪਿਊਟਡ ਉਹਨੇ ਉਹਦੇ ਵਿੱਚ ਇੱਕ ਕੈਲਕੂਲੇਸ਼ਨ ਕੀਤੀ ਹੈ ਕੀ ਕੈਲਕੂਲੇਸ਼ਨ ਕੀਤੀ ਸੀ ਇਫ ਵੀ ਰਿਕਨ ਰਿਕਨ ਮੀਨਸ ਕੈਲਕੂਲੇਟ অর ਥਿੰਕ ਦਾ ਹੋਲ ਪਾਸਟ ਆਫ ਲਿਵਿੰਗ ਕ੍ਰੀਚਰ ਔਨ ਦ ਅਰਥ ਐਸ 100 ইয়ার্স ਐਂਟਾਇਰ ਐਂਟਾਇਰ ਪਾਸਟ ਆਫ ਮੈਨ ਵਰਕਸ ਆਊਟ ਟੂ ਬੀ 1 ਮੰਥ ਜੇ ਅਪਸ ਇਹ ਮੰਨ ਕੇ ਚੱਲੀਏ ਕਿ ਜਦੋਂ ਤੋਂ ਲਿਵਿੰਗ ਕ੍ਰੀਏਚਰਸ ਇਸ ਧਰਤੀ ਤੇ ਆਏ ਆ ਉਹ ਉਹਨਾਂ ਨੂੰ ਆਇਆ ਹੋਇਆ ਸਿਰਫ 100 ਸਾਲ ਹੋਇਆ ਹੈ ਇਟਸ ਜਸਟ ਅ ਐਗਜ਼ਾਮਪਲ ਕਿ ਜੇ 100 ਸਾਲ ਹੋਇਆ ਤਾਂ ਇੰਟਾਇਰ ਪਾਸਟ ਆਫ ਮੈਨ ਵਰਕਸ ਆਊਟ ਟੂ ਬੀ 1 ਮੰਥ ਜਦੋਂ ਤੋਂ ਲਿਵਿੰਗ ਆਰਗੇਨਿਜ਼ਮ ਲਿਵਿੰਗ ਕ੍ਰੀਏਚਰ ਲਿਵਿੰਗ ਕ੍ਰੀਏਚਰ ਤਾਂ ਹੁਣ ਛੋਟੇ ਛੋਟੇ ਇਨਸੈਕਟਸ ਵੀ ਹੈਗੇ ਆ ਮਤਲਬ ਧਰਤੀ ਤੇ ਜੇ ਜਿਹਾ ਆਪਾਂ ਕਹੀਏ ਨਾ ਕਿ ਲਿਵਿੰਗ ਕਰੀਏਚਰ ਕਦੋਂ ਤੋਂ ਸ਼ੁਰੂ ਹੋਏ ਜੀ ਉਹਨਾਂ ਨੂੰ 100 ਸਾਲ ਹੋਇਆ ਤਾਂ ਇਨਸਾਨ ਦੀ ਹੋਂਦ ਨੂੰ ਤਾਂ ਫਿਰ ਸਿਰਫ 1 ਮਹੀਨਾ ਹੀ ਹੋਇਆ ਹੈ ਐਂਡ ਡਿਊਰਿੰਗ ਦਾ ਮੰਥ देयर हैज बीन ਸਿਵਿলাইゼਸ਼ਨ ਫਾਰ ਓਨਲੀ 7 ਟੂ 8 ਆਵਰਸ ਜਿਹੜਾ ਇਨਸਾਨ ਜੇ ਧਰਤੀ ਤੇ ਆ ਵੀ ਗਿਆ ਸੀ ਪਹਿਲਾਂ ਤਾਂ ਉਹ ਵਾਈਲਡ ਸੀ ਪਹਿਲਾਂ ਤਾਂ ਉਹ ਜੰਗਲਾਂ ਦੇ ਵਿੱਚ ਰਹਿੰਦਾ ਸੀ ਹੀ ਵਾਸ ਅ अर्ਲੀ ਮੈਨ ਠੀਕ ਹੈ ਤੇ ਉਹਨੂੰ ਤਾਂ ਕੋਈ ਨੋਲੇਜ ਹੀ ਨਹੀਂ ਸੀ ਜਦੋਂ ਤੋਂ ਸਿਵਿਲਾਇਜ਼ਡ ਸੋਸਾਇਟੀ ਜਦੋਂ ਤੋਂ ਉਹਨੇ ਲੋਕਾਂ ਦੇ ਵਿੱਚ ਰਹਿਣਾ ਵਿਚਰਨਾ ਸਿੱਖਿਆ ਜਦੋਂ ਤੋਂ ਉਹਨੇ ਐਜੂਕੇਸ਼ਨ ਲੈਣੀ ਸ਼ੁਰੂ ਕੀਤੀ ਹੈ ਉਹਨੂੰ ਤਾਂ ਕਹਿੰਦੇ ਹਜੇ 7 ਤੋਂ 8 ਘੰਟੇ ਹੀ ਹੋਏ ਆ ਹੀ ਆਲਸੋ ਪੁਆਇੰਟਸ ਆਊਟ ਥੈਟ ਵਾਈਲ ਥੇਅਰ ਹੈਜ਼ ਬੀਨ ਲਿਟਲ ਟਾਈਮ ਫਾਰ ਅਸ ਟੂ ਲਰਨ so far there will be oceans of time in which we learn which in which to learn better can they only point out kita key ki, uh, he he pointed out that while there has been little time for us to learn things so far ki jidda sanu ta matlab ki je calculation kiti jave bahut thoda time hoya civil society nu bane hoye ta sade kol bahut thoda time si jeide vich assi cheezan nu sikh pa sikh sakde si but we have oceans of time in which we can learn better par sade kol hoje bahut time pe a jeide vich assi hor vadiya learn kar sakde ha because while uh, because while man civilized past had has lasted 7 to 8 8 uh, hours his future is estimated uh, on the same scale at 100000 years te kende haje ta ohnu fir dharti te aaye hoye ya matlab civilized society de vich aaye hoye is hisab de naal ta sirf 7 to 8 ghante hi hoye hain so ਤਾਂ ਕਹਿੰਦੇ ਕਿ ਉਸ ਹਿਸਾਬ ਦੇ ਨਾਲ ਅਗਰ ਉਹਦਾ ਫਿਊਚਰ ਐਸਟੀਮੇਟ ਕੀਤਾ ਜਾਵੇ ਤਾਂ ਉਹ 100 ਹਜ਼ਾਰਾਂ ਸਾਲ ਹੋਰ ਉਹਦਾ ਫਿਊਚਰ ਪਿਆ ਆ ਜਿਹਦੇ ਵਿੱਚ ਹਿਊਮਨ ਬੀਇੰਗਸ ਬੈਟਰ ਲਰਨ ਕਰ ਸਕਦੇ ਆ ਸੋ ਦੈਟਸ ਆਲ ਇਨ ਥਿਸ ਵੀਡੀਓ ਰੈਸਟ ਵੀ ਵਿਲ ਰੀਡ ਇਨ ਦਾ ਨੈਕਸਟ ਵੀਡੀਓ ਸੋ ਇਨ ਥਿਸ ਵੀਡੀਓ ਵੀ ਹੈਵ ਲਰਨਡ ਥੈਟ Have learned that Mino Misani has asked us to put the test on the government. Then he told us that we will find two category of government. One is the democratic government, and another is the dictatorship government. And he told us that we should follow the democratic government, even if it is not a good government, if even if it is inadequate, even if it is disappointing, we should follow this government because at least it gives the people liberty and then he talked about human beings he says that human beings gets the nations or human beings gets the government they deserve if the people are wise and uh, they will get the good government if the people are stupid they will get the bad government so but he writes that uh, Human beings have a lot of future and they can learn the things which they have uh, done wrong in the past and they can correct those things. I hope you have understood it. Thank you very much.